ਦੱਸੋ ਜੀ ਕੀ ਹੈ ਇਹ ਬਾਬਾ ਗੁਰੂ ਨਾਨਕ ਦੇ ਖਰਾਵਾ ਉਹਨਾਂ ਦੀ ਜੁੱਤੀ ਪੰਜ ਬਾਾਰ ਇਹ ਉੱਛ ਸ਼ਰੀਫ ਦਾ ਜੋ ਸ਼ਹਿਰ ਹੈ ਉਹ ਘਰ ਕੋ ਚੁੱਕਾ ਹੈ ਤੇ ਇਹ ਜੇ ਡਿੱਗੇ ਟੁੱਟ ਜੂਗੀ ਉਹਦਾ ਵਿਸ਼ਾਲ ਦਰੱਖ ਜਿਹੜਾ ਹੈ ਇਹ ਖੂਹ ਦੇ ਵਿੱਚ ਹੀ ਉੱਗਾ ਹੈ ਇਹਦੇ ਵਿੱਚ ਕਿਸੇ ਨੂੰ ਜ਼ਹਰ ਦਿੱਤੀ ਜਾਏ ਜਿੱਤੇ ਕਦੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆ ਕੇ ਸੱਜੇ ਸਨ ਸੋ ਇਹ ਕੀ ਹੈ ਜੀ ਇਹ ਉਹਨਾਂ ਦੇ ਲੰਗਰ ਦੇ ਕਿਸ਼ਤਾ ਸਾਡੇ ਫੋਨ ਤੇ ਪਹਿਲਾਂ ਗੱਲ ਹੋ ਗਈ ਸੀ ਇਹ ਕੜੇ ਹਨ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਛੀਵਾੜੇ ਤੋਂ ਉੱਚ ਦੇ ਪੀਰ ਦਾ ਭੇਖ ਧਾਰਨ ਕਰਕੇ ਨਿਕਲੇ ਸਨ ਉੱਚ ਦੇ ਪੀਰ ਜਿਹੜੇ ਹਨ ਇਹ ਪਾਕਿਸਤਾਨ ਦੇ ਵਿੱਚ ਉੱਚ ਸ਼ਰੀਫ ਹੈ ਜਿੱਥੋਂ ਬਿਲੋਂਗ ਕਰਦੇ ਹਨ ਅੱਜ ਅਸੀਂ ਬਿਲਕੁਲ ਉੱਥੇ ਲਾਗੇ ਖੜੇ ਹਾਂ ਇੱਥੋਂ ਹੁਣ ਉੱਚ ਸ਼ਰੀਫ ਹੀ ਜਾ ਰਹੇ ਹਾਂ ਤਕਰੀਬਨ ਸਵੇਰ ਦਾ 350 ਪੌਣੇ 400 ਕਿਲੋਮੀਟਰ ਸਫਰ ਕਰਕੇ ਹੁਣ 9:30 ਵਜੇ ਇੱਥੇ ਖੜੇ ਹਾਂ ਇੱਥੋਂ ਸਾਡਾ 10 ਕਿ ਮਿੰਟ ਦਾ ਹੋਰ ਸਫਰ ਰਹਿ ਗਿਆ ਹੈ ਉੱਚ ਸ਼ਰੀਫ ਵਿਖੇ ਹੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਮਹਾਰਾਜ ਜੀ ਦੀਆਂ ਖੜਾਵਾਂ ਤੇ ਹੋਰ ਨਿਸ਼ਾਨੀਆਂ ਦੇ ਪਏ ਹੋਣ ਦੀ ਗੱਲ ਲਿਖਤਾਂ ਵਿੱਚ ਆਉਂਦੀ ਹੈ ਆਪਾਂ ਅੱਜ ਹੁਣ ਦਰਸ਼ਨ ਕਰਨ ਚੱਲੇ ਹਾਂ ਨਾਲ ਹਨ ਭੈਣ ਜੀ ਪੁਰਵਾ ਜੀ ਤੇ ਰਫੀਕ ਜੀ ਹੁਣੀ ਆਪਣੇ ਡਰਾਈਵਰ ਹਨ ਸਵੇਰ ਦੇ ਗੱਡੀ ਚਲਾ ਰਹੇ ਹਨ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਫੋਨ ਤੇ ਪਹਿਲਾਂ ਗੱਲ ਹੋ ਗਈ ਸੀ ਤੇ ਸੈਇਦ ਕੈਫ ਅਲੀ ਸ਼ਾਹ ਜੀ ਨੇ ਇੱਕ ਵੀਰ ਨੂੰ ਭੇਜਿਆ ਮੋਟਰਸਾਈਕਲ ਤੇ ਏ ਵੀਰ ਨੂੰ ਹੁਣ ਅਸੀਂ ਫੋਲੋ ਕਰ ਰਹੇ ਆ ਕਿੰਨੇ ਸੋਹਣੇ ਦ੍ਰਿਸ਼ਾ ਪਰਨਾ ਉਹ ਬਿਲਡਿੰਗਾਂ ਸਾਰੀਆਂ ਡਿੱਗ ਚੁੱਕੀਆਂ ਤੇ ਹੁਣ ਕੰਮ ਚੱਲ ਰਿਹਾ ਚੇਥਾਂ ਕਿਉਂਕਿ ਕਿਲਾ ਬਣਾਇਆ ਸੀ ਉੱਥੋਂ ਹੀ ਫਿਰ ਉੱਚ ਪੈ ਗਿਆ ਨਾ ਉੱਚ ਤੋਂ ਫਿਰ ਉੱਚ ਦੇ ਜਿਵੇਂ ਪੀਰ ਉੱਚ ਸ਼ਰੀਫ ਸ਼ਰੀਫ ਦਾ ਮਤਲਬ ਹੁੰਦਾ ਜੀ ਜਿਵੇਂ ਸਤਕਾਰ ਦੇ ਨਾਲ ਆਪਾਂ ਸਾਹਿਬ ਲਾਉਂਦੇ ਆ ਇਦਾਂ ਹੀ ਮੁਸਲਮਾਨ ਵੀਰ ਇੱਧਰ ਜਦੋਂ ਉਹ ਨਾਂ ਲੈਂਦੇ ਹਨ ਕਿਤੇ ਸਤਕਾਰ ਦੇ ਨਾਲ ਤਾਂ ਸ਼ਰੀਫ ਲਿਖ ਦਿੰਦੇ ਹਨ ਸੋ ਇਹ ਹੈ ਜੀ ਥਾਂ ਜਿੱਥੇ ਅਸੀਂ ਪਹਿਲਾਂ ਆਏ ਆ ਆ ਕਮਰੇ ਵਿੱਚ ਬੈਠੇ ਵੀਰਾਂ ਨਾਲ ਥੋੜਾ ਜਿਹਾ ਗੱਲਬਾਤ ਕੀਤੀ ਇਹ ਇਹਨੂੰ ਲੰਗਰ ਖਾਨਾ ਕਹਿੰਦੇ ਹਨ ਸਾਨੂੰ ਇਹਨਾਂ ਦੱਸਿਆ ਕਿ ਨਿਸ਼ਾਨੀਆਂ ਦੇ ਵੈਸੇ ਇਦਾਂ ਦਰਸ਼ਨ ਨਹੀਂ ਕਰਾਏ ਜਾਂਦੇ ਇਹਨਾਂ ਦਾ ਨਿਯਮ ਹੈ ਇੱਥੋਂ ਦਾ ਕਿ 361 ਪ੍ਰਾਣੀਆਂ ਨੂੰ ਪਹਿਲਾਂ ਲੰਗਰ ਛਕਾਉਣਾ ਹੁੰਦਾ ਹੈ ਪਰ ਉਹ ਕੋਈ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਉਹਦੇ ਵਿੱਚ ਸੇਵਾ ਪਾ ਦਿਓ ਜਿੰਨੀ ਪਾਉਣੀ ਹੈ ਜਦੋਂ 361 ਪ੍ਰਾਣੀਆਂ ਵਾਸਤੇ ਸੇਵਾ ਪੂਰੀ ਹੋ ਜਾਏਗੀ ਤੇ ਅਸੀਂ ਸ਼ਿਕਾ ਦੇਵਾਂਗੇ ਤੇ ਅਸੀਂ ਇਹਨਾਂ ਨੂੰ 2000 ਰੁਪਏ ਦੇ ਦਿੱਤਾ ਜੀ ਆਪਣੇ ਵੱਲੋਂ ਸੇਵਾ ਜੋ ਪਾ ਸਕਦੇ ਸੀ ਤੇ ਇਸ ਤੋਂ ਅੱਗੇ ਹੁਣ ਆਪਾਂ ਨੂੰ ਇਹ ਲੈ ਕੇ ਚੱਲੇ ਸੋ ਇਹ ਹਨ ਵੀਰ ਸੈਇਦ ਕੈਫ ਵਾਲੀ ਸ਼ਾਹ ਜੀ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇੱਥੇ ਖੂਦ ਅਸਿਆ ਜਾਂਦਾ ਹੈ ਤਾਂ ਗੁਰਦੁਆਰਾ ਕੋਸ਼ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਦਾ ਇੱਥੇ ਇੱਕ ਗੁਰਦੁਆਰਾ ਥੜਾ ਸਾਹਿਬ ਵੀ ਸੀ ਸੋ ਆਪਾਂ ਹੁਣ ਇੱਧਰ ਤੁਰ ਕੇ ਜਾ ਰਹੇ ਆਂ ਤੇ ਅੱਗੇ ਜਾ ਕੇ ਥੜਾ ਤੇ ਖੂਦ ਦੇਖ ਕੇ ਆਉਨੇ ਆਂ ਇੱਥੇ ਮਜ਼ਾਰ ਦੇ ਕਿੰਨੀ ਕੁ ਜ਼ਮੀਨ ਆ ਜੀ ਜ਼ਮਾਜ਼ਾ ਦੀ ਇੱਥੇ ਕੋਈ 5 1 ਏਕੜ ਹੈਗੀ ਅੱਛਾ ਜੀ ਤੇ ਉੱਥੇ ਅਸੀਂ ਵੀ ਨਾ ਕਣਕ ਵਗੈਰਾ ਗੰਧਮ ਉਹ ਕਾਸ ਕਰਨੇ ਆ ਤੇ ਉਹ ਫਿਰ ਲੰਗਰ ਦੇ ਵਿੱਚ ਹਿੱਸਾ ਜੋ ਹੈ ਨਾ ਗੰਧਮ ਦਾ ਉਹ ਲੰਗਰ ਹੀ ਦਿੰਦਿਆਂ ਇਨ੍ਹਾਂ ਵੀਰਾਂ ਦਾ ਇਹ ਦੱਸਣਾ ਕਿ ਇਹ ਥੜਾ ਜੇ ਤੇ ਕਦੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆ ਕੇ ਸੱਜੇ ਸਨ ਇਹ ਕੱਚਾ ਥੜਾ ਤੇ ਫਿਰ ਇਹ ਖੁਰ ਜਾਂਦਾ ਹੁਣਾਂ ਵਾ ਮੀਂਹ ਦੇ ਨਾਲ ਜੀ ਤੇ ਫਿਰ ਉੱਤੇ ਮਿੱਟੀ ਪਾਉਂਦੇ ਰਹਿੰਦੇ ਇੱਥੇ ਨਹੀਂ ਮਿੱਟੀ ਨਹੀਂ ਇਹ ਇਨ੍ਹਾਂ ਇੱਕ ਬੱਚਾ ਹੈ ਪਹਿਲੇ ਵੱਡਾ ਸੀ अच्छा ते ਹੁਣ ਇਹ ਇਨਾ ਕੀ ਬੱਚਿਆ ਤੇ ਇਹ ਫਿਰ ਕੀ ਦਮੀ ਪੈ ਪੈ ਕੇ ਹੌਲੀ ਹੌਲੀ ਖੁਰਜੇਗਾ ਸਾਰਾ ਹਾਂ ਹਾਂ ਖੁਰਜ ਜਾਏਗਾ ਤੇ ਆ ਜਿਹੜਾ ਉੱਤੇ ਤੁਸੀਂ ਝੰਡਾ ਲਾਇਆ ਹੈ ਕੀ ਇਹ ਅਲਮ ਪਾਕ ਲਾਇਆ ਹੋਇਆ ਇੱਥੇ ਅੱਛਾ ਜੀ ਹਾਂ ਕਿ ਇਹ ਨਿਸ਼ਾਨੀ ਹੈ ਕਿ ਮਤਲਬ ਕਿ ਇੱਥੇ ਹੀ ਥਰਾ ਵਗੈਰਾ ਦੀ ਨਿਸ਼ਾਨੀ ਲੱਗੀ ਠੀਕ ਹੈ ਜੀ ਤੇ ਉਹ ਥੱਲੇ ਕੀ ਉੱਥੇ ਕੋਈ ਦੀਵਾ ਬਾਲਦੇ ਦੀਵਾ ਦੀਵਾ ਜੀ ਬਾਲਦੇ ਤੇ ਉਹ ਉਧਰੋਂ ਉੱਚਾ ਵਾ ਹਾਂ ਉੱਥੇ ਮੇਰੇ ਖਿਆਲ ਉੱਥੇ ਹੀ ਬੰਦੇ ਸੀ ਬਾਬਾ ਜੀ ਅੱਛਾ ਜੀ ਹਾਂ ਉਸ ਸਾਈਡ ਨੂੰ ਸੋ ਇਹ ਬੋਰਡ ਦਾ ਰੁੱਖ ਹੈ ਹਾਂ ਜੀ ਇਹ ਬੋਰਡ ਦਾ ਰੁੱਖ ਐਨਾ ਪੁਰਾਣਾ ਤਾਂ ਨਹੀਂ ਲੱਗਦਾ ਉਦੋਂ ਦਾ ਤੁਸੀਂ ਇਹ ਵੇਖੋ ਅੰਦਰ ਅੱਛਾ ਜੀ ਇਹ ਕੀ ਲਿਖਿਆ ਹੋਇਆ ਹੈ ਇਹ ਕੂਆ ਹੈ ਜੀ ਇਹ ਇਹ ਇੰਦੀ ਹਿਸਟਰੀ ਲਿਖੀ ਹੋਈ ਹੈ ਜੀ ਕੀ ਬੋਲੋਗੇ ਥੋੜਾ ਜਿਹਾ ਹਾਂ ਇਹ ਮੇਰੇ ਮਤਲਬ ਜੋ ਮੇਰੇ ਅੰਕਲ ਨੇ मामੂ ਨੇ ਸਭ ਜ਼ਿਆਦਾ ਨਸ਼ੀਨ ਉਹਨਾਂ ਦਾ ਨਾਂ ਹੈ ਤੇ ਕਲਮੇ ਕਲਮੇ ਵਾਲਾ ਖੂਹ ਇਹਨਾਂ ਨੂੰ ਕਹਿੰਦੇ ਨੇ ਕਲਮੇ ਵਾਲਾ ਖੂਹ ਤੇ ਇੱਥੇ ਗੁਰੂ ਨਾਨਕ ਦੇਵ ਜੀ ਦਾ ਵੀ ਨਾਂ ਕਿਤੇ ਲਿਖਿਆ ਹੋਇਆ ਹੈ ਜੀ ਨਹੀਂ ਨਹੀਂ ਇੱਥੇ ਨਹੀਂ ਲਿਖਿਆ ਹੋਇਆ ਬਾਬਾ ਜੀ ਅੱਛਾ ਜੀ 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 ਤੇ ਉਦਾਂ ਇਹ ਗੁਰੂ ਨਾਨਕ ਦੇਵ ਜੀ ਦਾ ਖੂਹ ਹੈ ਜੀ ਜੀ ਗੁਰੂ ਨਾਨਕ ਦੇਵ ਜੀ ਦਾ ਖੂਹ ਇਹਨੂੰ ਕਿਉਂ ਕਹਿੰਦੇ ਆ ਇਹ ਇੱਥੇ ਬਾਬਾ ਜੀ ਆ ਕੇ ਨਾ ਇੱਥੇ ਕਾਇਆਮ ਕੀਤਾ ਸੀ ਖੂਹ ਤਾਂ ਬਹੁਤ ਚੌੜਾ ਹੈ ਵਿੱਚ ਹੀ ਆ ਇਹ ਦਰੱਖਤ ਵਿਸ਼ਾਲ ਦਰੱਖਤ ਜਿਹੜਾ ਹੈ ਇਹ ਖੂਹ ਦੇ ਵਿੱਚ ਹੀ ਉੱਗਾ ਹੈ ਜੀ ਜੀ ਔਰ ਖੂਹ ਪਾਣੀ ਤਾਂ ਸਿਰਫ 15 20 ਫੁੱਟ ਤੇ ਹੀ ਆ ਤੇ ਪਾਣੀ ਤੇ ਚਲੋ ਹੁਣ ਗੰਦਾ ਹੀ ਆ ਬੋਤਲਾ ਹੁਣ ਖਤਮ ਹੋ ਗਿਆ ਹਾਂ ਪਹਿਲੇ ਚਲਦਾ ਵੀ ਸੀ ਪਾਣੀ ਵੀ ਸਾਫ ਸੁਥਰਾ ਸੀ ਅੱਛਾ ਹਾਂ ਤੇ ਤਕਰੀਬਨ ਅੱਜ ਤੋਂ ਤਕਰੀਬਨ ਕਹਿੰਦੇ ਨੇ ਕਿ ਕੋਈ 50 ਸਾਲ ਹੋ ਗਿਆ ਤੇ ਬੰਦ ਹੋ ਗਿਆ ਬੰਦ ਹੋ ਗਿਆ ਹਾਂ ਬੰਦਾ ਚਲਦਾ ਵੀ ਸੀ ਪਰ ਪਾਣੀ ਤੇ ਇਹਦੇ ਵਿੱਚ ਹੈਗਾ ਵਰਤਦੇ ਕਿਉਂ ਨਹੀਂ ਫਿਰ ਮਤਲਬ ਇਹ ਕਿ ਪਾਣੀ ਬਸ ਐਨਆਕੀ ਖੜਾ ਹੈ ਬਸ ਐਨਆਕੀ ਖੜਾ ਹੈ ਜੀ ਠੀਕ ਹੈ ਜੀ ਹੋਰ ਕੋਈ ਗੱਲ ਜੀ ਇਸ ਖੂਹ ਦੀ ਹੋਰ ਤਾਂ ਕੋਈ ਗੱਲ ਨਹੀਂ ਹੈ ਬਸ ਇੱਥੇ ਬਾਬਾ ਜੀ ਨੇ ਕਾਇਮ ਕੀਤਾ ਸੀ ਤੇ ਬਾਬੇ ਜੀ ਦੇ ਖੂਹ ਬਾਬੇ ਜੀ ਦੇ ਨਾਂ ਦਾ ਵੀ ਇਹ ਖੂਹ ਮਤਲਬ ਫਿਮਾ ਸੇ ਬਾਬੇ ਜੀ ਦੇ ਨਾਮ ਕਿਆਮ ਦਾ ਮਤਲਬ ਆਰਾਮ ਮਤਲਬ ਆਰਾਮ ਦਾ ਆਰਾਮ ਠੀਕ ਹੈ ਜੀ ਤਾਂ ਕਿੰਨੇ ਦਿਨ ਇੱਥੇ ਗੁਰੂ ਨਾਨਕ ਦੇਵ ਜੀ ਰੁਕੇ ਸੀ ਆਪਣੀ ਬਾਬੇ ਜੀ ਦੀ ਆਪਣੀ ਕਿਤਾਬ ਵਿੱਚ ਹੀ ਹੈਗੇ ਕਿ ਭਈ ਉੱਛ ਸ਼ਰੀਫ ਦੇ ਵਿੱਚ ਸਭ ਤੋਂ ਜ਼ਿਆਦਾ ਟਾਈਮ ਉਹਨਾਂ ਨੇ ਇੱਥੇ ਸਪੈਂਡ ਕੀਤਾ ਜੀ ਅੱਛਾ ਕੋਈ ਦਿਨਾਂ ਦਾ ਨਹੀਂ ਪਤਾ ਨਹੀਂ ਹਾਂ ਠੀਕ ਹੈ ਇੱਥੋਂ ਕਿੱਧਰੋਂ ਆਏ ਸੀ ਕਿੱਧਰ ਨੂੰ ਗਏ ਕੁਝ ਪਤਾ ਹੈ ਇੱਥੋਂ ਨਹੀਂ ਪਤਾ ਇੱਥੋਂ ਕਿੱਧਰ ਗਏ ਨੇ ਤੇ ਸਾਡੇ ਕੋਲ ਜਦੋਂ ਆਏ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਰੇ ਸੀ ਅੱਛਾ ਕਰਾਵੇਂ ਠੀਕ ਕਰੀ ਔਰ ਖਾਣਾ ਖਾਣ ਵਾਲੀ ਉਹਨਾਂ ਦਾ ਜੋ ਬਾਕਸ ਸੀ وہی ਸਾਡੇ ਕੋਲ ਹੈਗੇ ਤੇ ਉਹ ਉਹਨਾਂ ਦੀ ਜੁੱਤੀ ਚੱਪਲ ਜਿਹੜੀ ਉਹਨਾਂ ਨੂੰ ਮਿਲੀ ਸੀ ਹਜ਼ੂਰ ਸੱਲਮ ਹਜ਼ਰਤ ਮੁਹੰਮਦ ਸੱਲਮ ਦੇ ਰੋਜ਼ੇ ਤੋਂ ਉੱਥੇ ਜਿਹੜੇ ਪੈਂਦੇ ਸੀ ਉੱਥੋਂ ਮਿਲੀ ਉੱਥੋਂ ਲੈ ਕੇ ਜਦ ਬਾਬਾ ਜੀ ਨੇ ਇੱਥੇ ਆਏ ਤੇ ਉਹਨਾਂ ਨੇ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਗਿਫਟ ਤੇ ਹਦੀਆ ਦੇ ਤੌਰ ਤੇ ਸਾਨੂੰ ਤਬਰਕਾਤ ਆਪਣੀ ਦਿੱਤੀ ਤੇ ਉਹ ਜਿਹੜੀ ਮਿਲੀ ਤੁਸੀਂ ਕਹਿੰਦੇ ਹੋ ਕਿੱਥੋਂ ਮਿਲੀ ਹੈ ਉਹ ਜਿਹਨੂੰ ਅਸੀਂ ਮੱਕਾ ਕਹਿੰਦੇ ਆ ਜੀ 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 ਉੱਥੋਂ ਮਿਲੀ ਹੈ ਇਹ ਚੱਪਲ ਉੱਥੋਂ ਮਿਲੀ ਜੀ ਠੀਕ ਹੈ ਹੋਰ ਸਮਾਨ ਬਾਬਾ ਜੀ ਨੇ ਖੁਦ ਦਿੱਤਾ ਹੈ ਸਾਨੂੰ ਸਾਡੇ ਬਜ਼ੁਰਗਾਂ ਨੇ ਚਲੋ ਜੀ ਚਲੋ ਹੋਰ ਇੱਥੇ ਕੀ ਹੈ ਜੀ ਦੇਖਣ ਨੂੰ ਔਰ ਇੱਥੇ ਇਹ ਦਰਬਾਰ ਸ਼ਰੀਫ ਹੈ ਜੀ ਅੱਛਾ ਜਲਾਲਉਦੀਨ ਸੁਰਖਪੋਸ਼ ਮਤਲਬ ਜਦੋਂ ਬਾਬਾ ਜੀ ਇੱਥੇ ਆਏ ਨੇ ਤਾਂ ਇਹ ਬਜ਼ੁਰਗ ਉਹਨਾਂ ਦੇ ਨਾਲ ਸੀ ਬਾਬਾ ਜੀ ਦੇ 800 ਸਾਲ ਹੋ ਗਏ ਨੇ ਸਾਨੂੰ ਤੇ ਇਹ ਸਾਡੀ ਫਸਟ ਪਹਿਲੇ ਪਹਿਲੇ ਜਿਹੜੀ ਫੀ ਹੈ ਉਹਨਾਂ ਦਾ ਨਾਮ ਹੈ ਜਲਾਲਉਦੀਨ ਹੈਦਰ ਸੁਰਖਪੋਸ਼ ਬੁਖਾਰੀ ਜੀ ਅੱਛਾ ਜੀ ਜੀ ਗੁਰੂ ਨਾਨਕ ਦੇਵ ਜੀ ਇੱਥੇ ਕਦੋਂ ਆਏ ਆ ਬਾਬਾ ਜੀ ਤੇ ਇਨ ਇੱਥੇ ਕੋਈ ਤਕਰੀਬਨ 500 ਇੱਕ 500 ਸਾਲ ਹੋ ਗਏ ਨੇ 500 ਸਾਲ ਪਹਿਲਾਂ ਆਏ ਜੀ ਇਹ ਸਾਰੀਆਂ ਫਸਲਾਂ ਆਪਣੀਆਂ ਜੀ ਜੀ ਇਹ ਸਾਰੀ ਫਸਲਾਂ ਆ ਬਾਗ ਵੀ ਆਪਣੇ ਜੀ 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 ਇਹ ਦਰਬਾਰ ਬਣੇ ਨੂੰ ਕਿੰਨਾ ਟਾਈਮ ਹੋ ਗਿਆ ਦਰਬਾਰ ਬਣਨ ਨੂੰ ਤਕਰੀਬਨ ਇਹ ਹੋ ਗਿਆ ਇਸ ਕੋਈ ਮੇਰੇ ਖਿਆਲ ਚ 400 ਸਾਲ ਹੋ ਗਏ 400 ਸੋ ਇਹ ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਚ ਬਣਿਆ ਜੀ ਜੀ ਪੰਜ ਬਾਰ ਇਹ ਉੱਛ ਸ਼ਰੀਫ ਦਾ ਜੋ ਸ਼ਹਿਰ ਹੈ ਉਹ ਘਰ ਕੋ ਚੁੱਕਾ ਹੈ ਔਰ ਅੱਬ ਇਹ ਦੇਖ ਲੇਗੀ ਇਹ ਪੰਜਵੀਂ ਬਾਰ ਆ ਕੇ ਇਹ ਬਣਿਆ ਕਾਰਨ ਗਰਕ ਹੋਣ ਦਾ ਮਤਲਬ ਇਹ ਕਿ ਸਿਲਾਬ ਕੀ وجہ سے ਇਹ ਬਿਲਕੁਲ ਖਤਮ ਹੋ ਗਿਆ ਸਿਲਾਬ ਹੜ ਆ ਜਾਣਾ ਜੀ ਜੀ ਸਿਲਾਬ ਜਿਹੜੀ ਨਦੀਆਂ ਲੱਗੇ ਜੀ ਇਹ ਪੰਜ ਨੰਦ ਉਹ ਪੰਜ ਆਨੰਦ ਪੰਜ ਨੰਦ ਪੰਜ ਨੰਦ ਉਹ ਹੀ ਜਿਹੜੀਆਂ ਪੰਜ ਪੰਜਾਬ ਦੀਆਂ ਕੱਟੀਆਂ ਹੋ ਜਾਂਦੀਆਂ ਮੈਂ ਸੋਚਦਾ ਇਹ ਚਨਾਬ ਆ ਉਹਨੂੰ ਪੰਜ ਆਨੰਦ ਕਹਿੰਦੇ ਪੰਜ ਆਨੰਦ ਕਹਿੰਦੇ ਠੀਕ ਹੈ ਜੀ ਸੋ ਸੰਗਤ ਜੀ ਆਪਾਂ ਇਸ ਵੇਲੇ ਹੁਣ ਉੱਚ ਸ਼ਰੀਫ ਖੜੇ ਜਿਵੇਂ ਤੁਸੀਂ ਜਾਣਦੇ ਹੋ ਤੇ ਇਹ ਵੀਰ ਨੇ ਸਾਨੂੰ ਦਰਸ਼ਨ ਕਰਾ ਰਹੇ ਹਨ ਇਹ ਦੱਸੋ ਜੀ ਕੀ ਹੈ ਇਹ ਬਾਬਾ ਗੁਰੂ ਨਾਨਕ ਦੇ ਖਰਾਵਾ ਉਹਨਾਂ ਦੀ ਜੁੱਤੀ ਠੀਕ ਹੈ ਜੀ ਜੀ ਇਹ ਜਦੋਂ ਸਰਕਾਰ ਪੰਜਨੰਦ ਦੇ ਮਕਾਮ ਤੇ ਆਏ ਸਨ ਹਾਂਜੀ ਇੱਥੇ ਸਾਡੀ ਇੱਕ ਦਰਿਆ ਹੈ ਜਿਹਦਾ ਨਾਮ ਹੈ ਪੰਜਨੰਦ ਹਾਂਜੀ ਹਾਂਜੀ ਉੱਥੇ ਕਿਰਾ ਕੇ ਉਹਨਾਂ ਨੇ ਪੁੱਛਿਆ ਕਿ ਇੱਥੇ ਕੋਈ ਬਜ਼ੁਰਗ ਹਾਂਜੀ ਤੋਂ ਸਰਕਾਰ Hazrat Jalaluddin Hussain Al Maroof Magdume Jahania Jahangir ਨਾਲ ਉਹਨਾਂ ਦੀ ਮੁਲਾਕਾਤ ਹੋਈ ਠੀਕ ਹੈ ਜੀ ਇਹ ਬਾਬਾ ਨੇ ਸਾਰਾ ਆਪਣਾ ਹਾਲ-ਵਸਰਾ ਲੈ ਕੇ ਸਰਕਾਰ ਦੇ ਪੇਸ਼ ਕਰ ਦਿੱਤਾ ਤੇ ਇਹਨਾਂ ਦੀ ਇੱਕ ਬੁੱਕ ਸੀ ਜਿਹਦੇ ਵਿੱਚ ਸਾਡੇ ਦਾਦਾ ਸਹਿੰ다 ਜਿਕਰ ਸੀ ਹਾਂਜੀ ਤੇ ਉਹਨਾਂ ਦੀ ਮਤਲਬ ਬਾਬਾ ਗੁਰੂ ਨਾਨਕ ਨਾਲ ਮੁਲਾਕਾਤ ਹੋਈ ਉਹ ਬੁੱਕ ਕਿੱਥੇ ਹੈ ਉਹ ਬੁੱਕ ਸਾਡੇ ਕੋਲ ਖੋਮੋ ਗਈ ਡਿਸਟਰਾਇ ਹੋ ਗਈ ਇਹ ਜੀ ਇਹਦੇ ਉੱਤੇ ਜਿਹੜੀ ਆ ਹੁੰਦੀ ਖੜਾਂ ਇਹ ਲੱਕੜ ਦੀ ਬਣੀ ਹੋਈ ਹੈ ਜੀ ਇਹ ਕਾਦੀ ਲੱਕੜ ਹੈ ਪਤਾ ਕੁਛ ਇਹ ਕੁਛ ਨਹੀਂ ਪਤਾ ਸਰ ਤੇ ਇਹਦੇ ਉੱਤੇ ਉਹ ਬਣੀ ਹੁੰਦੀ ਆ ਅੰਗੂਠਾ ਪੈਰ ਪੈਣ ਵਾਸਤੇ ਉਹ ਕਿੱਧਰ ਨਹੀਂ ਉਹ ਨਹੀਂ ਉਹ ਨਹੀਂ ਸਰ ਤੇ ਇਹਦਾ ਕਿੱਦਾਂ ਪਤਾ ਲੱਗੇਗਾ ਕਿ ਇੰਨੀ ਪੁਰਾਣੀ ਹੈ ਇਹ ਜੀ ਅਸੀਂ ਅਜ ਡਿਗਰੀ ਕਰਾਣੇ ਆ ਇਨਸ਼ਾਅੱਲਾ ਬਹੁਤ ਜਲਦ ਅੱਛਾ ਹਾਂ ਲੰਡਨ ਤੋਂ ਅਸੀਂ ਦੀ ਡਿਗਰੀ ਕਰਾਣੇ ਆ ਤੇ ਫਿਰ ਪਤਾ ਚੱਲ ਜਾਸੀ ਜੋ ਵੀ ਕਿੰਨੀ ਇੱਕ ਪੁਰਾਣੀ ਸੋ ਲੰਡਨ ਤੋਂ ਚੈੱਕ ਕਰਾਓਗੇ ਉੱਤੋਂ ਪਤਾ ਲੱਗੇਗਾ ਕਿ ਪੂਰੀ ਸਰਟੀਫਿਕੇਟ ਲਾਓਗੇ ਜਿੰਨੀਆਂ ਵੀ ਪੁਰਾਣੀਆਂ ਚੀਜ਼ਾਂ ਹੁੰਦੀਆਂ ਹਨ ਉਹਨਾਂ ਦਾ ਇਹ ਇੰਪੋਰਟੈਂਟ ਹੁੰਦਾ ਹੈ ਕਿ ਉਹਨਾਂ ਦਾ ਸਰਟੀਫਿਕੇਟ ਹੋਵੇ ਤੇ ਅਸਲੀਅਤ ਕਿਉਂਕਿ ਆਪਾਂ ਵੀ ਦਰਸ਼ਨ ਕਰਨ ਆਏ ਆ ਜੋ ਅਸੀਂ ਦੇਖ ਰਹੇ ਤੁਹਾਨੂੰ ਕਰਾ ਦੇਣਾ ਪਰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਅਸਲੀ ਉਹ ਹੀ ਆ ਉਹਨਾਂ ਸਮਾਂ ਪੁਰਾਣੀਆਂ ਹਨ ਠੀਕ ਹੈ ਜੀ ਇਹ ਇਹ ਉਹਦਾ ਦੇ ਕਰੇ ਹੱਥਾਂ 'ਚ ਜਿਹੜੇ ਪੈਨੇ ਸਨ ਇਹ ਕੜੇ ਹਨ ਤੇ ਕਾਦੇ ਬਣੇ ਹਨ ਜੀ ਇਹ ਕੋਈ ਪਤਾ ਨਹੀਂ ਸਾਈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਬਾਬਾ ਜੀ ਕਿਉਂਕਿ ਮੈਂ ਪੜਿਆ ਸੀ ਪੱਥਰ ਦੇ ਆ ਪੱਥਰ ਦੇ ਤੁਸੀਂ ਪੱਥਰ ਦੇ ਇਹ ਵੇਖੋ ਨਾ ਹਾਂਜੀ ਟਕਰਾ ਕੇ ਪਰ ਇਹਨੇ ਆਵਾਜ਼ ਤੇ ਪੱਥਰ ਵਰਗੀ ਆਉਂਦੀ ਹੈ ਤੇ ਉੱਤੇ ਵੀ ਕੀ ਬਣਿਆ ਹੋਇਆ ਹੈ ਇਹ ਮੂਰਤ ਬਣੀ ਹੋਈ ਹੈ ਕੋਈ ਵੀ ਖਾਸੋ ਵੀਡੀਓ ਦੇ ਵਿੱਚ ਨਾ ਇਹ ਮੂਰਤ ਬਣੀ ਹੋਈ ਜਿਵੇਂ ਸੱਪ ਜਿਹੇ ਦਾ ਮੂੰਹ ਇਧਰੋਂ ਵੀ ਤੇ ਇਧਰੋਂ ਵੀ ਹਾਂਜੀ ਹਾਂਜੀ ਜੀ ਇਦਾਂ ਹੀ ਇਧਰ ਬਣਿਆ ਹੋਇਆ ਜੀ ਕਿ ਬਾਹਰ ਚ ਪੈਂਦਾ ਨਹੀਂ ਇਹਦੇ ਹਾਂਜੀ ਇਹ ਤਾਂ ਸਾਡੇ ਨਹੀਂ ਪੈਂਦਾ ਤੇ ਗੁਰੂ ਸਾਹਿਬ ਦੇ ਕਿਦਾਂ ਪੈਂਦਾ ਹੋਏਗਾ ਨਹੀਂ ਕਿਉਂ ਨਹੀਂ ਪਹਿਨਾਇਗਾ ਬਾਪੂ ਬਾਹਾਂ ਨਹੀਂ ਪਾਉਣ ਵਾਲੇ ਹੋਣੇ ਸਰ ਬਾਹਾਂ ਚ ਬਾਹਾਂ ਸੋ ਇਹ ਕੀ ਹੈ ਜੀ ਇਹ ਉਹਨਾਂ ਦੇ ਲੰਗਰ ਦੇ ਕਿਸ਼ਤਾ ਕਿਸ਼ਤਾ ਹੈ ਮੁਬਾਰਕ ਇਹ ਕਾਦਾ ਬਣਾ ਲੱਕੜ ਦਾ ਇਹ ਲੱਕੜ ਦਾ ਬਣਾ ਲੱਕੜ ਦਾ ਇਹਦੇ ਵਿੱਚ ਖਾਣਾ ਖਾਂਦੇ ਸੀ ਤੇ ਪਾਂ ਲੰਗਰ ਲੰਗਰ ਕਰਦੇ ਸਨ ਗੁਰੂ ਸਾਹਿਬ ਗੁਰੂ ਸਾਹਿਬ ਇਨਸ਼ਾਅੱਲਾ ਇਹ ਟੁੱਟ ਕੇ ਜੁੜ ਚੁੱਕਾ ਹੈ ਜੀ 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 ਕਾਫੀ ਦਫਾ ਡਿਸਟਰਾਇ ਹੋਇਆ ਇਦਰੋਂ ਸਾਰਾ ਟੁੱਟ ਚੁੱਕਾ ਹੈ ਫਿਰ ਜੋੜਿਆ ਹੋਇਆ ਇੱਥੋਂ ਵੀ ਟੁੱਟਾ ਹੈ ਜੀ ਤੇ ਥੱਲੇ ਇੱਥੋਂ ਪਤਾ ਲੱਗਦਾ ਜੀ ਲੱਕੜ ਪ੍ਰਾਣੀ ਤੇ ਆ ਰੱਖਣ ਵਾਲਾ ਜਿਵੇਂ ਥੱਲੇ ਬਣਿਆ ਹੁੰਦਾ ਚੌਂਕੜਾ ਜਿਹਾ ਥੱਲੇ ਤੇ ਇਹ ਸਰ ਭਾਂਡਾ ਹੈ ਇੰਨਾ ਵੱਡਾ ਜੀ ਖਾਣ ਵਾਸਤੇ ਇਦਾਂ ਦਾ ਅੱਜ ਵੀ ਕਿਤੇ ਵਰਤਿਆ ਜਾਂਦਾ ਹੈ ਨਹੀਂ ਜੀ ਨਹੀਂ ਸਰ ਕਿਉਂਕਿ ਇਹਨੂੰ ਬਹੁਤ ਹੈਰਾਨੀ ਜੀ ਹੁੰਦੀ ਇਹਨੂੰ ਦੇਖ ਕੇ ਵੀ ਇਹ ਖਾਣ ਲਈ ਵਰਤਿਆ ਜਾਂਦਾ ਹੈ ਇਹ ਪੁਰਾਣੀ ਦੌਰ ਦਾ ਹੈ ਨਾ ਜੀ ਬਾਬੇ ਜੀ ਦੇ ਦੌਰ ਦਾ ਐਸੀ ਕਦੀ ਸੁਣਿਆ ਨਹੀਂ ਵੀ ਇਦਾਂ ਦੀ ਚੀਜ਼ ਹੋਵੇ ਤਾਂ ਹੀ ਹੈਰਾਨ ਹੋ ਰਿਹਾ ਮੈਂ ਵੀ ਮੈਂ ਕਿਹਾ ਸ਼ਾਇਦ ਇੱਥੇ ਦਾ ਕਲਚਰ ਹੋਵੇ ਵਰਤੇ ਜਾਂਦੇ ਹਨ ਜੀ ਇਹਨੂੰ ਦੁਬਾਰਾ ਰੰਗ ਕੀਤਾ ਗਿਆ ਲੱਗਦਾ ਨਹੀਂ ਨਹੀਂ ਦੁਬਾਰਾ ਰੰਗ ਨਹੀਂ ਕੀਤਾ ਗਿਆ ਬਾਬਾ ਜੀ ਇੱਕ ਕਾਫੀ ਦਫਾ ਇੱਥੇ ਜ਼ਾਇਫ ਹੋਇਆ ਟੁੱਟ ਚੁਕਾ ਟੁੱਟ ਚੁਕਾ ਹੈ ਫਿਰ ਅਸੀਂ ਇਹਨੂੰ ਬਰਵਾਇਆ ਠੀਕ ਹੈ ਬਾਰਾ ਇਹਨਾਂ ਨੂੰ ਬਾਰਾ ਹਜ਼ਰਤ ਲਾਲ ਸ਼ਹਾਬਜ਼ ਕਲੰਦਰ ਸੇਵਨ ਵਾਲੇ ਇਹ ਉਹਨਾਂ ਦਾ ਕਿਸ਼ਤਾ ਹੈ ਮੁਬਾਰਕ ਸਬੀਲ ਕਰਨ ਲਈ ਪਾਣੀ ਕਰਨ ਲਈ ਪਾਣੀ ਇਹਦੇ ਵਿੱਚ ਪਹੁੰਚ ਇਹਨਾਂ ਦੇ ਪਾਣੀ ਆਪ ਸਰਕਾਰ ਸਬੀਲ ਕੀਤਾ ਸੀ ਜਦੋਂ ਉਹ ਸ਼ਰੀਫ ਆਏ ਸਨ ਕਲੰਦਰ ਸਰਕਾਰ ਉਹਨਾਂ ਨੇ ਪਾਣੀ ਪੀਤਾ ਸੀ ਪਾਣੀ ਪੀਤਾ ਸੀ ਇੱਕ ਦਫਾ ਇਹਦੇ ਵਿੱਚ ਕਲੰਦਰ ਜੀ ਨੇ ਕਲੰਦਰ ਜੀ ਨੇ ਜਿਨ੍ਹਾਂ ਨੂੰ ਮਸਤ ਕਲੰਦਰ ਜੀ ਜਿਨ੍ਹਾਂ ਨੂੰ ਮਸਤ ਕਲੰਦਰ ਕਹਿੰਨੇ ਨੇ ਇੱਕ ਆਦਾ ਬਣਿਆ ਇਹ ਜੀ ਜ਼ੈਰ ਮੋੜੇ ਦਾ ਬੜਿਆ ਹੋਇਆ ਦਾ ਮੋਤਜਾ ਹੈ ਇਹਦੇ ਵਿੱਚ ਕਿਸੇ ਨੂੰ ਜ਼ਹਿਰ ਦਿੱਤੀ ਜਾਏ ਇਹ ਖੁਦ ਬਖੋਟ ਟੁੱਟ ਜਾਣਾ ਸੀ ਜ਼ਹਿਰ ਦਿੱਤੀ ਜਾਏ ਜੀ ਇਹ ਕਲੰਦਾ ਸਰਕਾਰ ਦੇਸ਼ ਦੇ ਵਿੱਚ ਪਹਿਲੀ ਦਫਾ ਉਹ ਸ਼ਰੀਫ ਦੀ ਹਦੂਦ ਚ ਜਾ ਕੇ ਪਾਣੀ ਪੀਤਾ ਸੀ ਇਹ ਜੀ ਨਫੀਲ ਹੈ ਇਹ ਇਹ ਹਰ ਇੱਕ ਮਲੰਗ ਦੀ ਹਰ ਇੱਕ ਫਕੀਰ ਦੀ ਪਛਾਣ ਹੁੰਨੀ ਹੈ ਅੱਛਾ ਜੀ ਇਹਦੇ ਵਿੱਚ ਕਈ ਆਵਾਜ਼ਾਂ ਨੇ ਅੱਛਾ ਜੀ ਇਹ ਵੱਜਦੀ ਹੈ ਜੇ ਵੀ ਹਾਂ ਵੱਜਦੀ ਹੈ ਵਜਾ ਕੇ ਵਿਖਾਉਂਦੇ ਆ ਤੁਹਾਨੂੰ ਇੱਕ ਆਵਾਜ਼ ਹੈ ਇੱਕ ਦੂਜੀ ਆਵਾਜ਼ ਹੈਗੀ ਸੋ ਇਹ ਫਕੀਰ ਨਾਲ ਰੱਖਦੇ ਸੀ ਜੀ ਇਹ ਫਕੀਰ ਹਰ ਫਕੀਰ ਅੱਲਾ ਦਾ ਜੋ ਵੀ ਵਲੀ ਸੀ ਨਾ ਇੱਕ ਫਕੀਰ ਦੀ ਪਛਾਣ ਹੁੰਨੀ ਹੈ ਮੈਂ ਤੁਹਾਨੂੰ ਦੱਸਾਂ ਕਿ ਇਹ ਕਦੀ ਹੈ ਇਹ ਗੁਰਖਨਾਥ ਨਹੀਂ ਹੈ ਜੀ ਗੁਰਖਨਾਥ 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 ਹਾਂਜੀ ਇਹ ਉਹਨਾਂ ਦੀ ਜੀ ਜੀ ਇਹ ਕਾਦੀ ਬਣੀ ਹੈ ਇਹ ਜੀ ਇਹ 12 ਸਿੰਗਾ 12 ਸਿੰਗਾ ਨਹੀਂ ਹੁੰਦਾ ਜੀ ਤੇ ਉਹਦੇ ਸਿੰਘ ਦੀ ਬਰੀ ਹੋਈ ਜੀ ਇਹ ਸਿੰਘ ਵਿੱਚੋਂ ਖਾਲੀ ਹੁੰਦਾ ਇਦਾਂ ਹੀ ਨਹੀਂ ਇਹ ਬਰਾਂਦੇ ਨੇ ਖੁਦ ਅੱਛਾ ਵਿੱਚੋਂ ਖਾਲੀ ਕੀਤਾ ਜਾਂਦਾ ਜੀ ਤੇ ਇਹ ਜੇ ਡਿੱਗੇ ਟੁੱਟ ਜੂਗੀ ਹਾਂ ਨਹੀਂ ਐਨੀ ਤੱਕ ਕੱਚੀ ਨਹੀਂ ਹੈ ਅੱਛਾ ਹਾਂਜੀ ਬਾਹਰੋਂ ਵੇਖਣ ਨੂੰ ਤੇ ਲੱਕੜ ਜੀ ਲੱਗਦੀ ਹੈ ਬੱਕਰੀ ਹੋਦੀ ਹੈ ਉਹਦਾ ਦੁੱਧ ਨਾ ਇਸ ਦੇ ਵਿੱਚ ਰੱਖਣਾ ਪਉਣਾ ਹੈ ਅੱਛਾ ਹਾਂ ਇੱਕ ਦਿਨ ਦੋ ਦਿਨ ਫਿਰ ਇਸ ਦੀ ਆਵਾਜ਼ ਜਿਹੜੀ ਹੈ ਨਾ ਉਹ ਥੋੜੀ ਮਜੀਦ ਸੁਰੀਲ ਹੋ ਲੰਬੀ ਹੋ ਜਾਂਦੀ ਹੈ ਲੰਬੀ ਹੋ ਜਾਂਦੀ ਹੈ ਆ ਬੁੱਕ ਦੇ ਵਿੱਚ ਲਿਖਿਆ ਕਿ ਇੱਕ ਬੈਰਾਗਣ ਵੀ ਸੀ ਜੀ ਜੀ ਤੁਹਾਡੇ ਕੋਲ ਹੈ ਨਹੀਂ ਬੈਰਾਗਣ ਸਾਡੇ ਕੋਲ ਸੀ ਸਾਡੇ ਕੋਲ ਸੀ ਲekin ਉਹ ਕਾਫੀ ਅਲਸੇ ਤੋਂ ਇੱਕ ਸਾਡੇ ਕਜ਼ਨ ਨੇ ਬਜ਼ੁਰਗ ਨੇ ਉਹ ਜਦੋਂ ਜਦੋਂ ਹਿੱਸੇ ਹੋਏ ਸਨ ਨਾ ਸਾਡੇ ਨਵਾਂ ਦਰਾਤਾਂ ਦੇ ਤੇ ਉਹਨਾਂ ਦੇ ਹਿੱਸੇ ਚੋੜ ਰਹਿ ਗਏ ਸੀ ਸਾਡੇ ਦੇ ਸਾਡੇ ਹਿੱਸੇ ਜੀ ਉਹ ਵੀ ਉਹਨਾਂ ਦੀ ਜ਼ਿਆਦਤ ਵੀ ਤੁਹਾਨੂੰ ਇਨਸ਼ਾਅੱਲਾ ਜਲਦੀ ਕਰਾਣਾ ਹੈ ਜਲਦੀ ਕਰਾਣਾ ਹੈ ਉਹ ਵੀ ਸਾਡੇ ਕੋਲ ਹੈ ਉਹ ਸਾਡੇ ਖਾਨਦਾਨ ਦੇ ਅੰਦਰ ਹੈ ਜੀ ਹੁਣ ਸਿੱਖ ਇਤਿਹਾਸ ਦੀਆਂ ਚਾਹੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੂੰ ਪੜ ਲਓ ਟਰੈਵਲਸ ਆਫ ਗੁਰੂ ਨਾਨਕ ਦੇਵ ਜੀ ਪੜ ਲਓ ਔਰ ਚਾਹੇ ਹੋਰ ਵੀ ਪੁਸਤਕਾਂ ਪੜ ਲਓ ਨਾ ਤਕਰੀਬਨ ਸਾਰੀਆਂ ਪੁਸਤਕਾਂ ਨੇ ਇਹ ਗੱਲ ਕਹੀ ਹੈ ਕਿ ਉੱਚ ਸ਼ਰੀਫ ਚ ਗੁਰੂ ਨਾਨਕ ਦੇਵ ਸਾਹਿਬ ਦੀਆਂ ਅਵਸਥਾ ਹਨ ਪਰ ਇੱਕ ਦੋ ਚੀਜ਼ਾਂ ਤਾਂ ਆਲਰੇਡੀ ਮਿਸਿੰਗ ਹਨ ਹੁਣ ਇੰਪੋਰਟੈਂਟ ਇਹ ਆ ਕਿ ਜੇ ਸੰਗਤ ਨੇ ਇੱਥੇ ਕਦੀ ਵੀ ਆਉਣਾ ਸ਼ੁਰੂ ਕਰਨਾ ਹੈ ਸੰਗਤ ਮਿਸ ਗਾਈਡ ਨਾ ਹੋਵੇ ਅਸੀਂ ਉਹਨਾਂ ਨੂੰ ਵੀ ਕਿਹਾ ਹੈ ਕਿ ਤੁਸੀਂ ਇਹਨਾਂ ਦੇ ਸਰਟੀਫਿਕੇਟਸ ਬਣਾਓ ਇਹਨਾਂ ਦੀ ਜਿਹੜੀ ਹੈ ਨਾ ਟਾਈਮ ਪਤਾ ਲੱਗੇ ਕਿ ਕਿੰਨੀਆਂ ਪੁਰਾਣੀਆਂ ਹਨ ਕੀ ਇਹ ਰੀਅਲ ਹਨ ਉਸ ਸਮੇਂ ਦੀਆਂ ਹਨ ਜੋ ਗੁਰੂ ਸਾਹਿਬ ਇੱਥੇ ਆਏ ਹਨ ਬਾਕੀ ਜਿਹੜੀ ਸਾਡੀ ਸਰਮੋਹਰ ਸੰਸਥਾ ਹੈ ਸ਼੍ਰੋਮਣੀ ਕਮੇਟੀ ਜਿਹੜੀ ਜਥੇ ਵੀ ਇੱਧਰ ਭੇਜਦੀ ਹੈ ਉਹ ਆਪ ਵੀ ਇੱਧਰ ਆਉਂਦੇ ਹਨ ਜਥੇਦਾਰ ਵੀ ਇੱਥੇ ਆਉਂਦੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜ਼ਿੰਮੇਵਾਰੀ ਲੈਣ ਇੱਕ ਵਫਤ ਭੇਜਣ ਇੱਥੇ ਆਏ ਉਹ ਇਹਨਾਂ ਚੀਜ਼ਾਂ ਦੀ ਹੋਰ ਤਕੀਕਾ ਡੂੰਗੀ ਕਰੇ ਜੋ ਸਾਨੂੰ ਗੁਰੂ ਸਾਹਿਬ ਨੇ ਮਤਬੁੱਧ ਦਿੱਤੀ ਕਿ ਵੀਡੀਓ ਬਣਾਉਣੀ ਤੁਹਾਡੇ ਤੱਕ ਸਾਂਝ ਪਾਉਣੀ ਅਸੀਂ ਇਹ ਫੈਸਲਾ ਨਹੀਂ ਕਰ ਰਹੇ ਕਿ ਗੁਰੂ ਸਾਹਿਬ ਦੀਆਂ ਅਸਲੀ ਚੀਜ਼ਾਂ ਹਨ ਕਿ ਨਕਲੀ ਹਨ ਇਹ ਸਹੀ ਹਨ ਕਿ ਗਲਤ ਹਨ ਪਰ ਇਹ ਫੈਸਲਾ ਪੰਥ ਨੇ ਕਰਨਾ ਹੈ ਜਾਂ ਜਿਹੜੇ ਸਿਆਣੇ ਹਨ ਸਾਨੂੰ ਗੁਰੂ ਸਾਹਿਬ ਨੇ ਇੰਨੀ ਮਤਬੁੱਧ ਨਹੀਂ ਬਖਸ਼ੀ ਸਾਨੂੰ ਜਿੰਨੀ ਬਖਸ਼ੀ ਉਹਨਾਂ ਕੱਸੀਂ ਕਰ ਲਿਆ ਹੈ ਹੁਣ ਅੱਗੇ ਲੋੜ ਹੈ ਕਿ ਇਹਨਾਂ ਦੀ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਵੇ ਕਿ ਕੀ ਇਹ ਉਦੋਂ ਦੀਆਂ ਹੀ ਹਨ ਤੇ ਇਹ ਗੁਰੂਕੀਆਂ ਹਨ ਸੋ ਸੰਗਤ ਜੀ ਜੇ ਤੇ ਗੁਰੂਕੀਆਂ ਹਨ ਤੇ ਵਧਾਈਆਂ ਸਾਰੇ ਪੰਥ ਨੂੰ ਕਿ ਗੁਰੂ ਸਾਹਿਬ ਜੀ ਦੀਆਂ ਆਪਾਂ ਨੂੰ ਹੋਰ ਅਵਸਥਾਂ ਲੱਭੀਆਂ ਹਨ ਤੇ ਜੇ ਨਹੀਂ ਹਨ ਆਪਾਂ ਨੂੰ ਇਹ ਚੀਜ਼ ਦੀ ਬਹੁਤ ਲੋੜ ਹੈ ਕਿ ਇਹਦੇ ਉੱਤੇ ਹੋਰ ਧਿਆਨ ਦਿੱਤਾ ਜਾਵੇ ਗੁਰੂ ਸਾਹਿਬ ਜੀ ਦਾ ਸ਼ੁਕਰ ਹੈ ਕਿ ਦਸ ਰਿਆ ਨੂੰ ਇੱਥੇ ਲੈ ਕੇ ਆਏ ਹਨ ਇਹਨਾਂ ਅਵਸਥਾਂ ਦੇ ਦਰਸ਼ਨ ਕਰਾਏ ਹਨ ਹੁਣ ਸੰਗਤ ਜੀ ਅਸੀਂ ਵੀ ਇਨਸਾਨ ਹਾਂ ਗਲਤੀਆਂ ਅਸੀਂ ਵੀ ਕਰ ਸਕਦੇ ਹਾਂ ਤੇ ਗਲਤੀ ਕਰੇਗਾ ਵੀ ਉਹੀ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਜਿਹੜਾ ਘਰੇ ਬੈਠਾ ਹੈ ਹੱਥ ਤੇ ਹੱਥ ਧਰ ਕੇ ਉਹ ਗਲਤੀ ਨਹੀਂ ਕਰੇਗਾ ਅਸੀਂ ਇਸ ਵੀਡੀਓ ਨੂੰ ਬਣਾਉਂਦੇ ਹਾਂ ਜੇ ਸਾਡੇ ਕੋਲ ਕੋਈ ਵੀ ਗਲਤੀਆਂ ਹੋ ਗਈਆਂ ਹਨ ਤਾਂ ਉਹ ਮੁਆਫ ਕਰ ਦੇਣੀ ਹੈ ਜੀ ਆਪ ਜੀ ਨੇ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਸਬਸਕ੍ਰਾਈਬ ਜਰੂਰ ਕਰਨਾ ਹੈ ਵੀਡੀਓ ਸ਼ੇਅਰ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ